ਵਿਊ ਬੜਾ ਸ਼ਾਨਦਾਰ ਹੋਣ ਡੇ ਵੈਸੇ। ਫਿਰ ਆ ਗਿਆ ਜੀ ਗੁੱਡੀਆਂ ਡਾਉਣ ਵਾਸਤੇ ਜਹਾਜਗੜ੍ਹ, ਕਿਉਂਕਿ ਐਰ ਕੀ ਹੈਗਾ ਲਾਸਟ ਵੀਕ ਹੈ ਨਾ, ਲਾਸਟ ਸੰਡੇ ਆ ਗੁੱਡੀਆਂ ਦਾ। ਅੰਮ੍ਰਿਤਸਰ 'ਚ ਫਿਰ ਗੁੱਡੀਆਂ ਦਾ ਖਤਮ ਹੋ ਜਾਣਾ ਹੈ ਨਾ, ਫਿਰ ਵਿਖਣਾ ਨਹੀਂ ਕੁਝ। ਅਤੇ ਜਹਾਜਗੜ੍ਹ ਸਾਨੂੰ ਪਤਾ ਨਹੀਂ ਸੀ ਕਿ ਪਤੰਗਾ ਡਾਉਂਦੇ ਐਤਵਾਰ ਦੇ ਐਤਵਾਰ, ਪਰ ਪਤਾ ਲੱਗ ਗਿਆ ਸਾਨੂੰ ਐਨ ਮੌਕੇ 'ਤੇ ਲਾਸਟ 'ਤੇ ਕਿ ਅੱਜ ਲਾਸਟ ਐਤਵਾਰ ਅਤੇ ਆ ਜਾਓ ਅਤੇ ਗੁੱਡੀਆਂ ਪਤੰਗਾ ਡਾਈਆ ਹੁੰਦਾ ਅਤੇ ਮੌਸਮ ਵੀ ਸੈੱਟ ਆ ਅਤੇ ਹਵਾ ਵੀ ਐਂਡ ਆ ਅਤੇ ਗੁੱਡੀਆਂ ਦੇਖੋ ਪੂਰੀਆਂ ਉੱਡ ਰਹੀਆਂ, ਮਤਲਬ ਕਿ ਇੱਦਾਂ ਕੈਮਰੇ ਦਿਖਣੀ ਆਣੀ ਹੁਣ ਉੱਦਾਂ ਦਿਖਾਉਂਦੇ ਸਾਨੂੰ ਡਾ ਕੇ। ਪਹਿਲਾਂ ਸਾਨੂੰ ਬਾਏ ਕਰਨੀਆਂ ਪੈਣੀਆਂ ਕਿਉਂਕਿ ਇੱਥੇ ਪਤੰਗਾਂ ਮਿਲਣੀਆਂ ਮਹਿੰਗੀਆਂ ਅਤੇ ਪਤੰਗਬਾਜ਼ ਹਰਸ਼ ਦਸਾਂਝ ਭਾਈ ਪਤੰਗਾ ਚੂਜ਼ ਕਰਾਉਣਗੀਆਂ ਸਾਨੂੰ। ਚਲੋ ਚੂਜ਼ ਕਰਕੇ ਜੀ ਆਪਾਂ ਭਾਈ ਖੜੋ ਸਾਰੇ ਆ ਜਾਓ ਫਿਰ, ਚਲੋ ਰਹਿਣ ਦੋ ਫਿਰ ਆ ਜਾਓ। ਪਹਿਲਾਂ ਪਤੰਗਾ ਚੂਜ਼ ਕਰਕੇ ਇਹ ਲਈਏ ਕਿੰਨੇ ਦੀ, ਕਿੰਨੇ ਦੀ ਹੋਣਾ 100 ਰੁਪਏ ਦੀ ਹੋਊਗੀ, 100 ਦੀ ਪਤੰਗ ਦੇ ਦਿਓ ਫਿਰ 375 ਦੀ। ਆਹੋ ਦੋ ਸਹੀ ਖਰਚਾ ਫੜੀ ਆਜੋ ਜਸ ਭਾਈ ਦੇ ਯਾਰ ਪਤੰਗਬਾਜ਼ ਤੇ ਜਸ ਭਾਈ ਆ ਵੀ ਪਤੰਗਬਾਜ਼ ਇਹ ਲੋਰੀ ਬਾਜ ਟੀਵੀ ਬਾਜ ਟੀਵੀ ਬਾਜ ਟੀਵੀ ਬਾਜ ਟੀਵੀ ਬਾਜ ਜਸ ਭਾਈ ਸਾਡੇ ਭਾਈ ਹੈਗੇ ਤੇ ਹੈਗੇ ਤੋਰ ਨਾ ਕੋ ਹੈਗੇ ਆ ਟੀਵੀ ਬਾਜ ਦੱਸੋ ਟੀਵੀ ਬਾਜ਼ ਐਕਸਪਲੇਨ ਕਰੋ ਟੀਵੀ ਬਾਜ਼ ਕੌਣ ਹੁੰਦਾ ਟੀਵੀ ਬਾਜ਼ ਹੁੰਦੇ ਆ ਜਿਹੜੇ ਹੁੰਦੇ ਨਾ ਕਿ ਅੰਦਰੋਂ ਅੰਦਰ ਬੜੇ ਤੇਜ਼ ਹੁੰਦੇ ਤੇ ਬਾਹਰੋਂ ਵਿਖਾਉਂਦੇ ਕਿ ਮੈਂ ਬਹੁਤ ਸਿੱਧਾ ਮੈਂ ਬਹੁਤ ਵੇਖੋ ਪਹਿਲੀ ਪਤੰਗ ਇਹਨੇ ਗਲਤ ਬੋਲਿਆ ਨਾ 5 ਮਿੰਟ ਚ ਬੋਣੀ ਪਤੰਗ 5 ਮਿੰਟ ਇੱਕ ਵਲੌਗ ਚ ਨਵਾਂ ਗੱਟੂ ਖੁੱਲ ਚੁੱਕਿਆ ਹੈ ਮੱਥੇ ਮਾਰ ਦੇ ਪਰ ਸੈਟ ਕੀਤਾ ਹੁੰਦਾ ਅੱਗੇ ਜਾ ਕੇ ਵੇਖੀ ਐਂਡਨ ਦੀ ਆਹੋ ਉੱਡੇਗੀ ਬੜੀ ਘੈਂਟ ਉੱਡੇਗੀ ਟੈਨਸ਼ਨ ਲਓ ਜਿਸ਼ਨ ਪਰੇ ਹੋਏ ਪੂਰੇ ਇੱਕ ਮਹੀਨੇ ਬਾਅਦ ਗੱਡੀ ਚੱਲ ਅੱਗੇ ਵੇਖ ਬੜਾ ਸ਼ਾਨਦਾਰ ਹੋਣ ਡੇ ਵੈਸੇ। ਡੋਰ ਡੂਰ ਪੈ ਨੀ ਕਿਸੇ ਦੀ ਉਹ ਮਮਾ ਏਦਾਂ ਬੜਾ ਸਹੀ ਵਿਊ ਹੋਣ ਡੇ ਇੱਕ ਇੱਕ ਪਤੰਗ ਦਾ ਸਾਰਿਆਂ ਦਾ ਸਾਰੇ ਚਾਰੇ ਗਿਣ ਸਾਰੇ ਉਹ ਵਧਾ ਲਾ ਪੋਰਨ ਸਟਾਰ ਓਏ ਉਹਦੇ ਦਿਲ ਨੂੰ ਕੀ ਨਹੀਂ ਚੱਲ ਕਹਿੰਦੇ ਪਤੰਗ ਖਰਾਬ ਹੋਵੇ ਦੱਸੀ ਮੈਂ ਚੂਜ਼ ਕੀਤੀ ਕਿ ਨਹੀਂ ਘੈਂਟ ਪਤੰਗ ਅੱਗੇ ਪਤੰਗ ਨਾ ਵੇਚਾ ਲੱਗਾ ਨੀਲੀ ਨਾਲ ਉੱਤੇ ਡੋਰ ਹੈਗੀ ਆਪਣੇ ਉੱਤੇ
ਓ ਪਰਨੀ ਲੀ ਪਤੰਗੀ ਓ ਲੰਗੀ ਪਤੰਗ ਉੱਤੇ ਆਪਣੇ ਖਿੱਚ ਖਿੱਚਾ ਡੋਰਾ ਵੀ ਉੱਤੇ ਬਈ ਉਹ ਵੀ ਡੋਰ ਪਰਪਲ ਪਤੰਗ ਦੀ ਗਈ 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 ਆ ਡੋਰ ਆਪਣੇ ਤੇ ਹੀ ਨਹੀਂ ਨਹੀਂ ਮੇਰੇ ਯਾਰ ਲੱਭਣ ਅਸੀਂ ਆ ਪਾਟੀ ਪਤੰਗ ਡਾਈ ਪਾਟੀ ਡਾਤੀ ਅਸੀਂ ਆ ਪਾਟੀ ਪਤੰਗ ਡਾਈ ਆ ਗਈ ਆ ਆਪਣੀ ਤੰਗ ਫੜੀ ਗਈ ਫੜੀ ਗਈ ਬਸ ਤੂੰ ਤੇ ਰਹਿਣ ਦੇ ਮੈਂ ਵੇਲਾ ਤੂੰ ਬਹੁਤ ਵਧੀਆ ਪੱਕ ਰਿਹਾ ਤੁਸੀਂ ਤਾਂ ਤੂੰ ਤੇ ਰਹਿਣ ਦੇ ਤੁਸੀਂ ਤਾਂ ਤੂੰ ਤੁਸੀਂ ਕੌਣ ਦੇ ਲਾਈਕ ਤੁਸੀਂ ਕੌਣ ਦੇ ਲਾਈਕ ਨਹੀਂ ਕਾ ਤੂੰ ਤੂੰ ਕਹਿ ਮੈਂ ਕੀ ਤਾਂ ਲੱਗੇ ਤੁਸੀਂ ਕੌਣ ਦੇ ਲਾਈਕ ਨਹੀਂ ਤੁਸੀਂ ਇਹਦੇ ਗਾਲ ਓਏ ਰਾਤੀ ਵੀਰ ਭਾਈ ਕਹਿੰਦੇ ਹੈਲੋ ਆਹੋ ਵੀਰ ਭਾਈ ਕਹਿੰਦੇ ਵੀਰ ਭਾਈ ਕਹਿੰਦੇ ਛੇਤੀ ਆ ਚੱਲ ਹਰਸ਼ ਆਹੋ ਭਾਈ ਦੋ ਪਤੰਗਾਂ ਵੱਡੀਆਂ ਪੈਰੀ ਪੈ ਹੁਣ ਫੜੀ ਲੋਟੂ ਮੈਂ ਅੱਗੇ ਚੱਲ ਜਾ ਜਾ ਡੀ ਪਤੰਗੇ ਆਜੂਗੀ ਜੀਵਦਾ ਚਾਰ ਪਤੰਗਾਂ ਫੜ ਕੇ ਦਰਾਈ ਚਾਰ ਪਤੰਗੇ ਹੈਗੇ ਫਿਰ ਵੀ ਕਹਿੰਦਾ ਮੈਂ ਅੱਗੇ ਚੱਲ ਜਾ ਲੁੱਟ ਲਾ ਇਸੇ ਲਈ ਮੁੜ ਕਹਿੰਦਾ ਇਹਦੇ ਨਾਲ ਲੈ ਕੇ ਆਉਣਾ ਪਹਿਲਾਂ ਇਸੇ ਲਈ ਚੜੋ ਮੈਂ ਲੈਂਦੇ ਹੁੰਦੇ ਸੀ ਹੁਣ ਚੜੋ ਬਣੀ ਨਾ ਸਕਦੇ ਭਾਈ ਹੁਣ ਸਾਡੇ ਪੋਰ ਚਾਰ ਪਤੰਗ ਡੋਣਗੇ ਉਹ ਗੁੱਡਾ ਕਿੱਡਾ ਸੁਣਦਾ ਇਹਨੇ ਚੈੱਕ ਕਿੱਡਾ ਸੋਹਣਾ ਹੀ ਇਹ ਨਾਲ ਦੀ ਮੈਂ ਸ਼ਰਟ ਬਣਵਾ ਲੈਣੀ ਜਿਹੜੇ ਚੈੱਕ ਉਹ ਕਿੱਡੀ ਸ਼ਰਟ ਪਤੰਗ ਆ ਉਹ ਵੇਖੋ ਯਾਰ ਗੁੱਡਾ ਕਿੱਡਾ ਸੋਹਣਾ ਚੈੱਕ ਵਾਲਾ ਇਹਦੇ ਨਾਲ ਦੀ ਸ਼ਰਟ ਸਵਾਣੀ ਆਪਾਂ ਉਹ ਗੱਡੀ ਜਿਹੜਾ ਵਾਜੀ ਉਹ ਪਤੰਗ ਐਂਡੀ ਸਾਈਨ ਪੂਰੀ ਕਾਤਲ ਪਤੰਗੀ ਗੋਰਾ ਗੋਰਾ ਰੰਗ ਚੱਕੀ ਫਿਰਦੀ ਹੈ ਮੇਰੇ ਪਿੱਛੇ ਪਈ ਕਿੰਨੀ ਫਿਰਦੀ ਹੈ ਹਾਂਜੀ ਇੱਧਰ ਮੈਂ ਕਿਹਾ ਇੱਥੇ ਲੱਗਦੇ ਮਤਲਬ ਕਾਈਟਸ ਕੰਪੀਟੀਸ਼ਨ ਪਤੰਗਾਂ ਦਾ ਮੁਕਾਬਲਾ ਹੁੰਦਾ ਸ਼ਰਤਾਂ ਮਤਲਬ ਕਿ ਇੱਥੇ ਹੁਣ ਬਜ਼ੁਰਗ ਵੀ ਆਏ ਆ 40-45 ਸਾਲ ਦੇ ਬੰਦੇ ਵੀ ਆਏ ਉਹ ਵੇਖੋ ਉਹ ਅੰਕਲ ਬੱਕਾ ਨਾਲ ਨਿੱਕਾ ਜਿਹਾ ਮੁੰਡਾ ਵੀ ਆਇਆ ਉਹਨਾਂ ਦਾ ਯੈਸ ਪੂਰੀਆ ਮਤਲਬ ਕਿ ਸਾਰੇ ਜਾਣੇ ਹੁੰਦੇ ਹਾਂਜੀ ਮੈਂ ਤੁਹਾਨੂੰ ਨਹੀਂ ਜਾਣਦਾ ਤੇ ਜਿਹੜਾ ਜਾਣਦਾ ਉਹਨੂੰ ਮਿਲੋ ਉਹ ਕਹਿੰਦਾ ਮੈਂ ਹੁਣ ਫੋਟੋ ਖਿਚਾਉਣੀ ਆ ਤੇ ਮੈਂ ਇਹਨਾਂ ਨਾਲ ਫਿਲਮ ਬਣਾਉਣੀ ਆ ਕਰੋ ਗੱਲ ਜਾਓ ਫੋਟੋ ਖਿੱਚੀ ਕਰੋ ਗੱਲ ਜਾਓ ਫੋਨ ਫੋਨ ਕੱਢੋ ਦੇ ਫੋਨ ਵਾਲਾ ਫੜ ਜਾਓ ਕਿਤੇ ਯੂਟਿਊਬ ਤੇ ਵੇਖਿਆ ਤੇ ਹੋਰ ਹਾਂ ਤਾਂ ਇਹ ਗੁੱਡੀਆਂ ਡੋਣਾ ਹੈ ਹਨਾ ਸਾਡੇ ਤੇ ਮੂੰਹ ਨਾਲ ਨਿਸ਼ਾਨ ਮਿਲ ਗਿਆ ਤੇ ਪੇਚੇ ਲਾ ਲਾ ਕੇ ਅੰਕਲ ਅੰਕਲ ਦੇਖ ਲਓ ਅੰਕਲ ਨੂੰ ਵੀ ਕਿੰਨਾ ਸ਼ੌਂਕ ਗੁੱਡੀਆਂ ਡੋਣ ਦਾ ਚਲੋ ਆ ਜਾ ਪੀਚਾ ਛੜਾ ਵੀ ਲਿਆ ਗੱਲਬਾਤ ਹੈਗੀ ਬੰਦੇ ਦੀ ਮਾਮਾ ਏਦਾਂ ਹੀ ਖਿੱਚ ਖਿੱਚ ਕੇ ਲੈ 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 ਲਾਣੇ ਦੇ ਡਾਣੇ ਵਿੱਚ ਚੱਲ ਟੀਕਾ ਨਹੀਂ ਮਾਰੀ ਦੇ ਭਰਾਵਾ ਨਹੀਂ ਮਾਰੀ ਭਰਾਵਾ ਮਾਮਾ ਜੈਕਟ ਤਾਂ ਪੜਾ ਲਈ ਆਪਣੀ ਤਲਾਵੋ ਫਹਿ ਗਈ ਤਲਾਵੋ ਫਹਿ ਗਈ ਨਹੀਂ ਫੈਂਦਾ ਇਹਨਾਂ ਨੇ ਥੱਲੇ ਚੁੱਕਣਾ ਇਹਨਾਂ ਨੇ ਥੱਲੇ ਚੁੱਕਣਾ ਥੱਲੇ ਰੱਖ ਥੱਲੇ ਰੱਖ ਥੱਲੇ ਰੱਖ ਹਾਂ ਨੀਲੀ ਤਾਂ ਜਿਹੜੀ ਸਾਈਡ ਤੋਂ ਉੱਡੀ ਗਈ ਆ
ਹੱਥੋਂ ਲੈਣੇ ਹੀ ਨੇ ਲੈ ਉਹ ਚੱਲੀ ਹੋਵੇ ਉਹ ਚੁੱਕਣ ਲੱਗੇ ਭਾਈ ਕਿੰਨੂੰ ਫੜਾਈ ਓਏ ਅੱਗੇ ਵੇਖ ਫੜਾਓ ਭੋਰ ਸਟਾਰ ਸਾਡੇ ਘਾਟੇ ਅਵੇ ਆ ਗਿਆ ਆ ਗਿਆ ਆ ਗਿਆ ਆ ਗਿਆ ਠਾ ਕਰ ਸਾਈ ਠਾ ਕਰ ਠਾ ਕਰ ਓ ਯਾਰ ਗੱਟੂ ਫੜ ਲੋ ਹੋਰ ਫੋਨ ਨੂੰ ਛੱਡ ਦੋ ਉਹ ਪਤੰਗ ਹੀ ਉੱਤੇ ਪਤੰਗ ਧਿਆਨ ਨਾਲ ਓ ਜੇ ਵੇਖ ਲਓ ਨਿੱਕੀਆਂ ਨਿੱਕੀਆਂ ਪਤੰਗਾਂ ਵੀ ਕਹਿੰਦੀਆਂ ਨਾ ਉਹਦੇ ਵਿੱਚ ਇੱਕ ਹੱਡੀ ਜੇ ਤੇ ਸਾਡਾ ਪਤੰਗ ਆਵਾਜ਼ ਸਾਈਡ ਸਾਈਡ ਚੇਂਜ ਕਰ ਲਾ ਉਧਰ ਆਇਆ ਉਧਰ ਉਧਰ ਦੂਜੇ ਪਾਸੇ ਮਮਾ ਉਧਰ ਉੱਡੀ ਗਈ ਆ ਸਾਈਡ ਚੇਂਜ ਕਰ ਰਹਾ ਹੂੰ ਇਨਕੇ ਮਾਰਨਾ ਮਾਰਦਾ ਸਾਈਡ ਤੇ ਆਹੋ ਪਿੱਛੇ ਦੇ ਡੋਨ ਦੇ ਮੁੰਡੇ ਲੈ ਪੇਚਾ ਅੱਗੇ ਵਧਾਵਾਂ ਕੰਟੀਨਿਊ ਕਰਾਂ ਪੇਚਾ ਹੋਰ ਸਟਾਰ ਦੇ ਹੱਥ ਗਈ ਹੁਣ ਜੱਲੀ ਜੇ ਪਵਣ ਤੁਸੀਂ ਨਾ ਫੜੇ ਜਸ ਪਿੱਛੇ ਮਿੰਟ ਮਿੰਟ ਦੂਜੀ ਪਤੰਗ ਲੈਣ ਚੱਲ ਗਏ ਜਸ ਨੂੰ ਭਰੋਸਾ ਨੀ ਵੇਲਾ ਮਿੰਟ ਮਿੰਟ ਪਤੰਗ ਲੈਣ ਚੱਲ ਗਏ ਇੱਧਰ ਨਵੀਂ ਮੰਮਾ ਕਿੰਨੀ ਢਿੱਲ ਚ ਪਈ ਡੋਰ ਉਹ ਯਾਰ ਪੇਚਾ ਨਿਕਲ ਗਿਆ ਮੇਰੇ ਖਿਆਲ ਨਾਲ ਦੋ ਮੈਂ ਵੱਡੀਆਂ ਇੱਕ ਹੱਡੀ ਸਾਂਝੀ ਹੋ ਗਈ ਢਾਈ 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 ਅੱਧੀ